ਬਟਾਲਾ ਮੁੰਡਾ ਤੇ ਕਿਹੜੇ ਕੰਮਾਂ 'ਚ ਪੈ ਗਿਆ ਨਹੀਂ ਮੈਨੂੰ ਤੇ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਚੰਗੇ ਭਲੇ ਕਸ਼ਮੀਰੀ ਨੇ ਹਾਂਜੀ ਹੁਣ ਅੱਗੋਂ ਅੱਜ ਪ੍ਰੋਗਰਾਮ ਜੋ ਢੋਲ ਵਜਾਉਂਦਾ ਵੇਖ ਕੇ ਹੋਇਆ ਕਿ ਸਾਡੀ ਬਰਾਦਰੀ 'ਚ ਇਜ਼ਾਫਾ ਹੋਇਆ ਹਾਂਜੀ ਔਰ ਇਹ ਤੇ ਹਜੇ ਔਰ ਇਹ ਹੈ ਇਹ ਤੇ ਹਜੇ ਉਹਨਾਂ ਨੇ ਇੱਕ ਢੋਲ ਕੱਢਿਆ ਬਾਕੀ ਸਾਰਾ ਬੈਂਡ ਇੱਕ ਦੁਕਾਨ ਤੇ ਪਿਆ ਸਰ ਇਹ ਤਾਂ ਬਲਾ ਕਿਉਂ ਪਤਾ ਇਹ ਉਸੇ ਢੋਲ ਨੂੰ ਵਜਾਉਣ ਵਾਲੀ ਛੋਟੀ ਵਰਗਾ ਮੂੰਹ ਹੈ ਬਾਬਾ ਕੀ ਬਾਤ ਬਹੁਤ ਮੁਸ਼ਕਲ ਕੰਮ ਆ ਸਾਈਕਲਿੰਗ ਵੀ ਕਰਨੀ ਤੇ ਨਾਲ ਢੋਲ ਵਜਾਉਣਾ ਬੜਾ ਕੰਮ ਇੱਕ ਕਿਲੋਮੀਟਰ ਨਹੀਂ ਬੰਦਾ ਇੰਜ ਤੁਰ ਸਕਦਾ ਇਹਨਾਂ ਦੀ ਜਿੰਤਾ ਕੇ ਨਾਲ ਟਵਿਨ ਵਨ ਕੰਮ ਕਰਦੇ ਆ ਬੜੀ ਗੱਲ ਨਾਲ ਸਾਈਕਲ ਵੀ ਚੱਲਣ ਨਾਲ ਢੋਲ ਵੀ ਜਾ ਰਿਹਾ ਤੁਸੀਂ ਥੋੜਾ ਪਿੱਛੇ ਹੋ ਜਾਣਾ ਬਾਜੀਆਂ ਪਿੱਛੋਂ ਨਾ ਹੁਣ ਤਾਂ ਵਲੈਂਸ਼ੀਆ ਦੇ ਵਿੱਚ ਕਿਤੇ ਵੀ ਢੋਲ ਵੱਜੇ ਨਾ ਕਹਿੰਦੇ ਕਾਸ਼ਮ ਸਾਹਿਬ ਹੀ ਵਜਾ ਰਹੇ ਲੱਗਦਾ ਔਰ ਤੁਹਾਨੂੰ ਪਤਾ ਪੂਰੇ ਵਲੈਂਸ਼ੀਆ ਚ ਹਾਂਜੀ ਅੱਲਾ ਦੀ ਮਿਹਰਬਾਨੀ ਨਾਲ ਐਸੀ ਕਾਸ਼ਮ ਸਾਹਿਬ ਸਵੇਰੇ ਰੋਜ਼ੇ ਵੀ ਇਹੀ ਜਗਾਣ ਜਾਂਦੇ ਨੇ ਇਸੇ ਢੋਲ ਇਸੇ ਢੋਲ ਦੇ ਨਾਲ ਵਾਕਈ ਸਾਲ ਕੇ ਤੇਲ ਮਹਿੰਦੀ ਵੀ ਇਹੀ ਲੈ ਕੇ ਜਾਂਦੇ ਔਰ ਸਾਈਕਲ ਦੇ ਉੱਤੇ ਰੱਖ ਕੇ ਢੋਲ ਵਜਾਣਾ ਅਸਲ ਕੰਮ ਜੇ ਇੰਜ ਖਲੋ ਕੇ ਤੇ ਬੰਦਾ ਵਜਾ ਹੀ ਲਵੇ ਨਹੀਂ ਇਹਦੇ ਦੰਦਾਂ 'ਚ ਦੰਦਾਂ 'ਚ ਢੋਲ ਲੈ ਕੇ ਘੁੰਮਦੇ ਵੀ ਨੇ ਔਰ ਅਸੂਲ ਵਾਲੇ ਔਰ ਤੁਹਾਨੂੰ ਸਾਰੇ ਨੂੰ ਇਸ ਗੱਲ ਦਾ ਮਜ਼ਾ ਇਸ ਲਈ ਆਏਗਾ ਕਿ ਅਸੂਲ ਪਰਸਤ ਆਦਮੀ ਨੇ ਸਾਨੂੰ ਪਤਾ ਨਾ ਅਸੀਂ ਉਹ ਤੰਜ਼ੋ ਮਜ਼ਾਜ ਸਾਰਾ ਭੁਗਤ ਰਹੇ ਆ ਨਾਲ ਉਹਨਾਂ ਨੇ ਮਾਈਕ ਫੜਾ ਕਾਸ਼ਮ ਸਾਹਿਬ ਦੀ ਗੱਲ ਐ ਸਾਰ ਮਾਈਕ ਜਵਾਬ ਦੇ ਆ ਕਾਸ਼ਮ ਸਾਹਿਬ ਦੀ ਨਾ ਰੋਜ਼ਿਆਂ 'ਚ ਇੱਕ ਬੰਦੇ ਨਾਲ ਲੜਾਈ ਵੀ ਹੋਈ ਕਿਉਂ ਈਦ ਵਾਲੇ ਦਿਨ ਜਾ ਕੇ ਉਹਦੀ ਬੈਲ ਦਿੱਤੀ ਉਹ ਬਾਹਰ ਨਿਕਲਿਆ ਕਹਿੰਦਾ ਜੀ ਜੀ ਕਹਿੰਦਾ ਜੀ 30 ਦਿਨ ਅਸੀਂ ਤੁਹਾਨੂੰ ਜਗਾਇਆ ਤੇ ਪੈਸੇ ਦਿਓ ਉਹ ਅੱਗੋਂ ਮੇਰੇ ਵਰਗਾ ਸੀ ਕਹਿੰਦਾ ਮੁਬਾਰਕ ਹੋਵੇ ਅਸੀਂ 30 ਦਿਨ ਹੀ ਨਹੀਂ ਉੱਠੇ ਅੱਛਾ ਸ਼ਾਹਰ ਖਾਨ ਸਾਹਿਬ ਦੇ ਗੁਰਬਤ ਇੰਨੀ ਰੇਂਜ ਫਸੀ ਆ ਕਾਸ਼ਮ ਸਾਹਿਬ ਕਹਿ ਰਹੇ ਸੀ ਹੈਪੀ ਫੈਮਿਲੀ ਤੇ ਆਪ ਕਹਿੰਦਾ ਸੀ ਆਟਾ ਦੇਵੋ ਅੱਛਾ ਤੁਹਾਨੂੰ ਕਸਮ ਹੈ ਇਧਰ ਆ ਐ ਸ਼ਕਲੋਂ ਹੁਣ ਦੱਸੋ ਗਰੀਬ ਕੌਣ ਲੱਗ ਰਿਹਾ ਐ ਵੈਸਟ ਇੰਡੀਜ਼ ਦਾ ਨਵਾਜ਼ ਸ਼ਰੀਫ ਉਹ ਨਹੀਂ ਨਹੀਂ ਬੇਵਕੂਫ ਹੈ ਇਹੋ ਜਿਹੇ ਬੰਦੇ ਕੋਲ ਬਹੁਤ ਪੈਸੇ ਸ਼ਾਹਿਦ ਖਾਨ ਹੈ ਥੜੀ ਤੇ ਬੈਠਾ ਰੋਣ ਡਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਕੋ ਧੌਂਦੇ ਚ ਚਪੇੜਾ ਮਾਰ ਗਿਆ ਯਾਰ ਗੋਗਾ ਬਹੁਤ ਅੱਛਾ ਫਨਕਾਰ ਹੈ ਜੀ ਬੜਾ ਅੱਛਾ ਇਜ਼ਾਫਾ ਸਾਡੇ ਚ ਹਾਂਜੀ ਇਹ ਘਰ ਚ ਸਾਰੇ ਕਾਲੇ ਕਾਲੇ ਰਹਿੰਦੇ ਤੇ ਘਰ ਦੇ ਬਾਹਰ ਲਾਇਆ ਵਾਈਟ ਹਾਊਸ ਤਾਲੀਆਂ ਕਿਧਰ ਹੈ ਭਾਈ ਜਰਾ ਤਾਲੀਆਂ ਬਜਣੀ ਯਾਰ ਐਪਰੀਸ਼ੀਏਟ ਕੀਜੀਏ ਤਾਲੀ ਵਜਾਈਏ अच्छा वैसे गोगा पसरू भी माशाल्लाह सोना पे है यार क्या बात जी हां जी हां जी नो डाउट भी कही दा नाल नहीं नो डाउट नो डाउट वो पढ़या लिखया है एब्सोल्युटली नॉट कही दा हुंदा वो नहीं कही दा हां नहीं भाई जो एब्सोल्युटली नॉट कहता है वो बाद में खुदे लाइन भी लग जाता है सही गल लेकिन ओदे वरगा भारा भी कोई नहीं हुंदा बिल्कुल सही कह रहे हैं आप इदे विच तो कोई शक नहीं वैसे मैं आज गोगा साहब की खूबसूरती को से बहुत मुतासिर हुआ हूं थैंक यू और मैंने क्योंकि गोगा साहब को हमेशा जो है वो देखा है स्क्रीन पे लेकिन आप तो ओरिजिनल में बहुत ज्यादा खूबसूरत है बहुत हैंडसम है ग्रेसफुल आदमी है जी एहो जे बच्चे नु मां पे ना सड़क ते जाके उंगल छड़ देंदा भी कोई ते कोई गड्डी चढ़ाएगा ही और काशिम साहब वर्गे अरबी एवे दुबई दे विच दुबई दे विच ना टैक्सी वाले कहंदे ने सिदरे जाण दे किन्ने पैसे लैंदे दुबई ओथे किन्ने सिदरा बनाया यार अक्सर ही कहता हूँ देखो मैं जो कॉमेडी करूंगा ना वो नई कॉमेडी होगी मैं नई बात करूंगा और आप बात करोगे तब जब मैं इतना सा था उस वक्त की बातें आप रिपीट करते हैं जेड़ा भी आंदा ਤੁਹਾਡੇ ਨਾਲੋਂ ਵੱਡਾ ਹੀ ਹੁੰਦਾ ਇੱਥੇ ਕਾਸ਼ਮ ਸਾਹਿਬ ਨਹੀਂ ਕਾਸ਼ਮ ਭਾਈ ਸਭ ਕੋ ਸਮਝਾਤੇ ਅਸਲ ਚ ਨਾ ਵਲੰਸ਼ੀਆ ਟਾਊਨ ਦੀ ਨਾਨੀ ਹੈ ਅੱਛਾ ਕਾਸ਼ਮ ਭਾਈ ਉਮਰ ਦੀ ਗੱਲ ਨਾ ਕਰੋ ਸਾਡੇ ਵੱਡੇ ਨੇ ਸੁਹੇਲ ਭਾਈ ਉਹਨਾਂ ਨੇ ਤੁਹਾਨੂੰ ਪਾਪਾ ਕਹਿਤਾ ਹਾਂ ਹੋਰ ਮੈਂ ਤੋਂ ਕੀ ਗੱਲ ਹੁਣ ਅੱਗੇ ਕੀ ਕਰੀਏ ਆਪ ਵੀ ਬਾਤ ਕਰੇ ਕੋਈ ਐਸੀ ਗੱਲ ਨਹੀਂ ਮੈਂ ਤਾਂ ਖੂਬ ਮੁਸਲਮਾਨੋਂ ਵੀ ਬੋਲਤੇ ਹਾਂ ਅਸਲ 'ਚ ਨਾ ਖੂਬਸੂਰਤ ਜਗ੍ਹਾ ਵੇਖ ਕੇ ਨਾ ਦਿਲ ਘਬਰਾਉਣ ਲੱਗ ਪੈਂਦਾ ਅੱਛਾ ਇਹ ਬੋਲੇਗਾ ਪਤਾ ਕਿੱਥੇ ਗੰਨੇ ਨਾਲੇ ਤੇ ਲੈ ਜਾਓ ਬੋਲੋ ਛੱਪੜ ਤੇ ਲੈ ਜਾਓ ਰੂਮ ਤੇ ਲੈ ਜਾਓ ਮੈਂ ਪਹਿਲੀ ਵਾਰੀ ਪੀਸੀ ਹੋਟਲ ਲੈ ਕੇ ਗਿਆ ਅੱਛਾ ਮੈਂ ਕਿਹਾ ਵਾਸ਼ਰੂਮ 'ਚ ਮੂੰਹ ਧੋਣਾ ਕਹਿੰਦਾ ਬੜੇ ਵਧੀਆ ਕਮਰੇ ਆ ਵੀ ਇਹ ਸਾਈਕਲ ਦੀ ਬ੍ਰੇਕ ਲਾਓ ਤੇ ਤੇਰੇ ਵਰਗਾ ਮੂੰਹ ਬਣਦਾ
या जो तेन जी सलवार कटे तो यह मूह बन जाए सामने पानी गर्म करिए नहा लोगे तालियां की तरह यार तालियां सलीम साहब इतनी अच्छी बातें कर रहे हैं तालियां हां जी उन्होंने भी सुनो जरा उन्होंने भी सुनो ते तानू रोटी के भोरे कर दिए ते खा लोगे अच्छा सलीम साहब एडे कमजोर ने एडे घाट डाकू आए इनू धागा बन के लुट दे अच्छा शाहरुख खान साहब बेवकूफ आदमी है महले च एक पैर जुत्ती का पा के फिर मैं दूसरा कितने कहना भाई आने जान नहीं रखे सलीम अलबेला इन्ना कमजोर है साडा भरा ये सिर च अंगूर बचे है तीन महीने कौमे च रहा अच्छा हस्पताल जाइए ना हस्पताल इंज अंदर वड़िए तो सलीम अलबेले कहने व्हील चेयर से आता कह दिया तुम सही कह रहे सो मैं नहीं सी इंज के काम करने चाहिए कोमे च चले गए कहिंदे भाई उहदे कोल पैसे ही बड़े जिथे मर्जी जा सकदे अज करन गया मैं शैतान नूं वट्टे मारे कहिंदा रश बड़ा सी मैं गाला गूला कढ लिया लेकिन सलीम अलबेला साहब पुत्र होवे ते दोगे बंदा खुदा दी कसम इहदे प्यो ने कहा वे मेहनत करके मैं तैनूं पाले आ मरण तो बाद ही मेरी कंड ना लगे अपना प्यो ही मुद्दा दफ्ता यार परे कर दो ग्राउंड पिछले भी इतने उतर गए और ग्राउंड देखो यार उतरे उधर रनवे का की बेड़ा कर कर अच्छा और ग्राउंड ना मैं तो देख के डर रहे हैं क्या आप रूढ़िया तो ना कागज चौगा सेंटरी आउट हो गया बेचारे तुसी इस तरह गौर नाल देखो ना माशाल्लाह चांदराल पता नहीं कि चले गए चांदराल इधर आ जा जोगी बाबा हमारा चांदराल के लिए भी मेरे सारे सुपर स्टार्स के लिए एक ताली होनी चाहिए पाकिस्तान का पाकिस्तान की शान है जनाब गोगा पसरूरी साहब जिन्हें पेंट सीती भी नहीं पता इस पेंट से टाइम नहीं होगा प्यारे बच्चे मारना कंप्यूटर तेरे बच्चे छाते चढ़ के पहले तेरी थुक थले जाती है तुसी ये देखो काशिफ साहब ने वंशिया च आके यानी अवेयरनेस दे के उन्होंने माइंड चेंज कर दिते असी अज तो वंशिया च इंट्रो है ना खुदा दी कसम असी देख के हैरान होंदे सा कि हर पासे कोई ना कोई साइकिल वाला आ रहा है जदों दे असी वंशिया मुड़े आ ना जी चांद साहब साइकिल ही साइकिल नजर काशिफ भाई इतने इतना हार्ड वर्क करने वाले आदमी है ये मैंने इनके साथ काम करके फिर मुझे पता चला कि ये कितना हार्ड वर्कर आदमी सो जो टास्क ये लेते हैं उसको पूरा भी करते हैं उसकी मिसाल ये जिंदा आप सब लोग हैं जो इधर है बिल्कुल सही सो मैं अप्रिशिएट भी करता हूँ मेरे बड़े भाई हैं
ਭਾਈ ਅਸੀਂ ਵੀ ਉਹਦੇ ਨਾਲ ਕੰਮ ਕੀਤਾ ਸੀ ਉਹਦੀਆਂ ਵੀਡੀਓ ਵੇਖੀਆਂ ਨੇ ਨਹੀਂ ਨਹੀਂ ਮੈਂ ਇਹ ਕਹਿ ਰਿਹਾ ਕਿ ਬੜੀ ਬੜੀ ਬਾਤ ਹੈ ਉਹਦੇ ਨਾਲ ਕੰਮ ਕਰ ਸਾਡੇ ਵੀ ਵੱਡੇ ਨੇ ਦੇਖੀਏ ਇਹ ਮੇਰੀ ਦੁਆ ਹੈ ਕਿ ਅੱਲਾਹ ਤਾਲਾ ਇਸ ਇਹ ਜੋ ਛੋਟੀ ਸੀ ਐਫਰਟ ਹੈ ਜਿਸ ਸੇ ਇਹ ਸਟਾਰਟ ਕੀਆ ਇਹਨੋਨੇ ये एक इदारे की शक्ल में नजर आए बेशक बन तो गया आशियाना साइकिल क्लब आशियाना जेड़ा वो ये वाला तरीफा क्यों कर रहे हैं चार लेनिया साइकिल एक अधिक मिल जाए ओ नहीं मिली हो पैसे से फेल साहब को पैसे नहीं मिली नूरुल हसन साहब के लिए भी क्लैप होनी चाहिए तो मोल नहीं मिली नूरुल हसन कितने प्यारे फनकार है माशाल्लाह लगता ही नहीं आर्टिस्ट लगता पिशारो पिस्ता लेके आए थे अपनी धौन ला दो अल्लाह पत्थर ना दप जा रहा नहीं हो अगर कोयटा इलाके च जाके टैक्सी बंदा कराए तो यहोजा ड्राइवर मैं अपनी मर्जी से जाएगा लोकेशन भी नहीं है फिर भी जाएगा मैं अपनी मर्जी से जाएगा तुम्हारा मर्जी नहीं चलेगा ये हमारा इलाका है ये साडे सच्ची मुच्ची वड्डे जेनुइन भरा सच मुच्ची भरा तुम्हारे चेहरे पे हंसी ले आ ले नूरुल हसन साहब के लिए सच फूट डालिया हमारे बड़े लवली और जो काशिफ साहब ने कहा था ना कि वली अल्लाह मैं भी सच में इनके बारे में यही कहता हूँ कि ये वो बंदे हैं जिनको देख के आप सही सिंत पे चले जाएंगे क्या ये वो इंसान साहब ने बड़ी कीमती बात कही थी कि आप सब जुड़े हुए हैं अल्लाह ताला आपको इसी तरह जुड़ा रखे प्यार और मोहब्बत में याद रखे और अल्लाह ताला आपको आसानियां अता करे और आसानियां तकसीम करने का शर्त अता करे अल्लाह हाफिज बहुत शुक्रिया सारी तालियां माशाल्लाह इतने अच्छे मौसम में बारिश वाले बूट पहन के आ गई है।